ਜ਼ਿਲ੍ਹਾ ਫਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਵੱਲੋਂ ਜ਼ਿਲ੍ਹੇ ਵਿੱਚ ਦਿੱਤੀਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ DSP ਸਪੈਸ਼ਲ ਬ੍ਰਾਂਚ ਗੋਬਿੰਦਰ ਸਿੰਘ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਮੈਰਿਜ ਪੈਲਸਾਂ ਦੇ ਮਾਲਕਾਂ ਨਾਲ ਮੀਟਿੰਗ ਸਥਾਨਕ ਪੁਲਿਸ ਲਾਈਨ ਫਰੀਦਕੋਟ ਵਿੱਚ ਕੀਤੀ, ਜਿਸ ਵਿੱਚ ਪੈਲਸ ਮਾਲਕਾਂ ਅਤੇ ਅਸਲਾ ਲੈ ਕੇ ਸਮਾਗਮ ਵਿੱਚ ਆ ਕੇ ਗੋਲੀ ਚਲਾਉਣ ਵਾਲੇ ਸ਼ੌਕੀਨਾਂ ਨੂੰ ਸਖ਼ਤ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਪੈਲਸਾਂ ਵਿੱਚ ਗੋਲੀ ਚਲਾਉਣ ਵਾਲੇ ਦੋਸ਼ੀਆਂ ਵਿਰੁੱਧ ਕਾਨੂੰਨ ਲਾਗੂ ਹੋਣ ਕਰਕੇ ਉਹਨਾਂ ਨੂੰ ਗੋਲੀ ਚਲਾਉਣੀ ਮਹਿੰਗੀ ਪੈ ਸਕਦੀ ਹੈ। ਉਹਨਾਂ ਪੈਲਸਾਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤੇ ਕਿ ਉਹਨਾਂ ਦੇ ਪੈਲਸਾਂ ਵਿੱਚ ਹੋ ਰਹੇ ਸਮਾਗਮਾਂ ਸਮੇਂ ਕੋਈ ਵੀ ਵਿਅਕਤੀ, ਭਾਵੇਂ ਉਹ ਗਜ਼ਟਡ ਅਫਸਰ ਕਿਉਂ ਨਾ ਹੋਵੇ, ਉਸ ਵਿਅਕਤੀ ਦੀ ਤੁਰੰਤ ਇਤਲਾਹ ਪੁਲਿਸ ਨੂੰ ਦੇਣੀ ਜ਼ਰੂਰੀ ਹੋਵੇਗੀ। ਦੂਜਾ, ਸਮਾਗਮ ਸਥਲਾਂ ਸਮੇਂ ਚਲਾਏ ਜਾਂਦੇ ਸਾਊਂਡ ਲਈ ਵੀ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਜੇਕਰ ਦਿਨ 'ਚ ਫੰਕਸ਼ਨ ਹੈ ਤਾਂ ਸ਼ਾਮ 4 ਵਜੇ ਤੋਂ ਪਹਿਲਾਂ, ਰਾਤ ਦੇ ਫੰਕਸ਼ਨ ਸਮੇਂ ਚੱਲਦੇ ਸਾਊਂਡ ਨੂੰ ਰਾਤ 11 ਵਜੇ ਤੋਂ ਪਹਿਲਾਂ ਬੰਦ ਕਰਨ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ। ਪਾਲਣਾ ਨਾ ਕਰਨ 'ਤੇ DJ ਮਾਲਕਾਂ ਖਿਲਾਫ਼ ਵੀ ਕਾਰਵਾਈ ਹੋਵੇਗੀ। ਸਰਦਾਰ ਗੋਬਿੰਦਰ ਨੇ ਪੈਲਸ ਮਾਲਕਾਂ ਨੂੰ ਪਾਰਕਿੰਗ ਲਈ ਵੀ ਸਖ਼ਤ ਨਿਰਦੇਸ਼ ਦਿੱਤੇ। ਅਗਰ ਉਕਤ ਹੁਕਮਾਂ ਦੀ ਕਿਸੇ ਵੀ ਵਿਅਕਤੀ ਨੇ ਉਲੰਘਣਾ ਕੀਤੀ ਤਾਂ ਉਸਦਾ ਅਸਲਾ ਜ਼ਬਤ, ਲਾਇਸੈਂਸ ਕੈਂਸਲ ਕਰਕੇ ਮੁਕੱਦਮਾ ਦਰਜ ਕੀਤਾ ਜਾਵੇਗਾ ਅਤੇ ਸੰਬੰਧਿਤ ਪੈਲਸ ਮਾਲਕ, DJ ਮਾਲਕ ਖਿਲਾਫ਼ ਵੀ ਉਕਤ ਤਰੀਕੇ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪੈਲਸ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਪੁਲਿਸ ਦਾ ਸਾਥ ਦੇਵਾਂਗੇ ਕਿਉਂਕਿ ਉਹਨਾਂ ਨੂੰ ਇਸ ਕਾਨੂੰਨ ਦੀ ਲੋੜ ਸੀ। ਉਹਨਾਂ ਨੂੰ ਵੀ ਕਈ ਵਾਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਜਗਤ ਸੇਵਕ, ਵੈਬ TV। ਅੱਜ ਅਸੀਂ ਪੈਲਸਿਸ ਦੇ ਜਿਹੜੇ ਓਨਰ ਆ ਉਹਨਾਂ ਨਾਲ ਮੀਟਿੰਗ ਰੱਖੀ ਹੈ। ਜਿਹੜੀ ਵੀ ਜਿੱਥੇ ਵੀ ਮੈਰਿਜ ਹੋ ਰਹੀ ਹੈ ਉਸ ਦੇ ਵਿੱਚ ਫਾਇਰਿੰਗ ਕਰਨੀ ਬਿਲਕੁਲ ਅਲਾਊਡ ਨਹੀਂ, ਬਿਲਕੁਲ ਬੰਦ ਕੀਤੀ ਗਈ ਹੈਗੀ ਹੈ। ਅਗਰ ਕੋਈ ਫਿਰ ਵੀ ਇਸ ਦੇ ਬਾਰੇ ਕੋਈ ਕਰਦਾ ਤਾਂ ਉਹਦੇ ਖਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਊਗੀ। ਔਰ ਜਿਹੜਾ ਹੈਗਾ ਸਾਊਂਡ ਸਿਸਟਮ, ਉਹਦਾ ਅਸੀਂ ਦਿਨੇ 4 ਵਜੇ ਦਾ ਟਾਈਮ ਰੱਖਿਆ, ਰਾਤ ਨੂੰ 11 ਵਜੇ ਤੱਕ, ਔਰ ਉਸ ਤੋਂ ਬਾਅਦ ਬਿਲਕੁਲ ਸਾਊਂਡ ਸਿਸਟਮ ਬੰਦ ਕੀਤਾ ਜਾਣਾ ਤਾਂ ਕਿ ਅੱਗੇ ਹੁਣ ਬੱਚਿਆਂ ਦੇ ਸਕੂਲਾਂ ਦੇ ਪੇਪਰ ਆ ਰਹੇ ਨੇ ਤਾਂ ਜੋ ਕੋਈ ਆਮ ਲੋਕ ਬਿਲਕੁਲ ਡਿਸਟਰਬ ਨਾ ਹੋ ਸਕਣ। ਇਹ SSP ਸਾਹਿਬ ਫਰੀਦਕੋਟ ਕੰਨੀਓ ਇੰਸਟਰਕਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਕਿ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਬਿਲਕੁਲ ਰਾਤ ਨੂੰ ਫਾਇਰ ਕਰਨਾ ਜਾਂ ਦਿਨੇ ਵੀ ਜਾਂ ਮੈਰਿਜ ਪੈਲੇਸ 'ਚ ਅਸਲਾ ਲਿਜਾਣਾ ਕਾਨੂੰਨ ਜੁਰਮ ਹੈ। ਇਹ ਅਸੀਂ ਸਾਰਿਆਂ ਨੂੰ ਮੀਟਿੰਗ ਕਰਕੇ ਇਹ ਪਾਸ ਆਨ ਕਰ ਦਿੱਤਾ। ਮੈਰਿਜ ਪੈਲਸ ਦਾ ਜਿਹੜਾ ਓਨਰ ਹੈ, ਪਹਿਲਾਂ ਤਾਂ ਜਦੋਂ ਕੋਈ ਬੁਕਿੰਗ ਕਰਦਾ ਹੈਗਾ ਕਿਸੇ ਮੈਰਿਜ ਦੀ, ਉਹਨੂੰ ਇਹ ਇੰਸਟਰਕਸ਼ਨਾਂ ਪਾਸ ਆਨ ਕਰੂਗਾ, ਉਹਨਾਂ ਨੂੰ ਇੱਕ ਪਰਫਾਰਮਾ ਦੇਵਾਂਗੇ, ਉਹ ਪਰਫਾਰਮਾ ਉਹਨਾਂ ਤੋਂ ਫੁੱਲਫਿਲ ਕਰਾਇਆ ਜਾਊਗਾ। ਅਗਰ ਫਿਰ ਵੀ ਉਸ ਦੇ ਉੱਪਰ ਦੀ ਹੋ ਗਏ ਜੇ ਕੋਈ ਕਰਦਾ ਤਾਂ ਅਸੀਂ ਉਹਨਾਂ ਨੂੰ ਆਪਦੇ ਫੋਨ ਨੰਬਰ ਦੇਵਾਂਗੇ, ਸਾਡੀ ਟੀਮ ਆਊਗੀ ਤਾਂ ਜੋ ਉਹਨਾਂ ਦੇ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਸਰ, ਇਸ ਮਾਮਲੇ 'ਚ ਕਿਸ ਤਰ੍ਹਾਂ ਦੇ ਕਾਨੂੰਨੀ ਧਾਰਾ ਲੱਗਦੀਆਂ ਹੈਗੀਆਂ ਜਿਹੜੇ ਪੈਲਸ ਫਾਇਰ ਹੁੰਦੇ? ਅਗਰ ਤਾਂ ਉਹ ਫਾਇਰ ਕਰਦਾ ਹੈਗਾ ਤਾਂ ਜਿਹੜੀਆਂ ਆਰਮਜ਼ ਐਕਟ ਦੀਆਂ ਧਾਰਾਵਾਂ ਨੇ 25-54, 27-54, ਉਹਨਾਂ ਨੂੰ ਅਮਲ ਵਿੱਚ ਲਿਆਂਦਾ ਜਾਊਗਾ। ਅਗਰ ਉਸ ਤੋਂ ਹਟ ਕੇ ਜੇ ਕੋਈ ਵੈਪਨ ਲੈ ਕੇ ਜਾਂਦਾ ਤਾਂ 188 ਦੀ ਹੈ ਜਾਂ ਹੋਰ ਹੈ, ਜੋ ਵੀ ਉਸਦੇ ਉਸ ਹਾਲਾਤ ਨੂੰ ਦੇਖਦੇ ਹੋਏ ਜੋ ਐਕਟ ਬਣਦਾ ਉਹਦੇ ਉੱਤੇ ਕਾਰਵਾਈ ਕੀਤੀ ਜਾਊਗੀ। SSP ਸਾਹਿਬ ਵੱਲੋਂ ਜੋ ਸਾਨੂੰ ਮੈਰਿਜ ਪੈਲਸਾਂ ਨੂੰ ਹੁਕਮ ਲਾਇਆ, ਅਸੀਂ ਉਹਨਾਂ ਦੇ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਅਸੀਂ ਉਹਨਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ ਅਤੇ ਜੋ ਵੀ ਸਾਨੂੰ ਮੁਸ਼ਕਲਾਂ ਆਈਆਂ ਅਸੀਂ ਉਹਨਾਂ ਨੂੰ ਫੋਨ ਕਰਕੇ ਦੱਸਾਂਗੇ। ਇਸ ਤਰ੍ਹਾਂ ਦੀਆਂ ਦਿੱਕਤਾਂ ਤੁਹਾਨੂੰ ਪਹਿਲਾਂ ਵੀ ਆਉਂਦੀਆਂ ਸੀਗੀਆਂ ਜੇ ਲੋਕ ਫਾਇਰ ਕਰਦੇ ਸੀਗੇ ਪੈਲਸ ਦੇ ਵਿੱਚ? ਤੁਹਾਡਾ ਨਹੀਂ, ਦਿੱਕਤ ਬਹੁਤ ਆਉਂਦੀ ਇਸ ਤਰ੍ਹਾਂ ਦੀ, ਲੋਕ ਅਸਲਾ ਲੈ ਕੇ ਆਉਂਦੇ ਆ ਪਰ ਅਸੀਂ ਰੋਕ ਨਹੀਂ ਸਕਦੇ ਸੀ ਕਿਉਂਕਿ ਸਾਡੇ ਉਹ ਮੈਰਿਜ 'ਤੇ ਆਇਆ, ਫੰਕਸ਼ਨ 'ਤੇ ਆਇਆ, ਉਹਨੇ ਸਾਨੂੰ ਬੁੱਕ ਕਰਾਇਆ। ਪਰ ਹੁਣ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਸਾਨੂੰ, ਅਸੀਂ ਉਹਨਾਂ 'ਤੇ ਅਮਲ ਕਰਕੇ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ।